ਰਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਦਪਨ ਜਬ ਟੀਵੀ ਤੇ ਮੈਂ ਅੱਜ ਜੱਜ ਸਿੰਘ ਚਾਹਲ ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਭਗਵੰਤ ਮਾਨ ਦੇ ਦਿੱਲੀ ਦੌਰੇ ਦੀ ਜਿਸ ਤੋਂ ਬਾਅਦ ਮੁੱਖ ਮੰਤਰੀਤਾ ਬਾਗੋਬਾਗ ਹੋ ਗਏ ਨੇ ਪਰ ਵਿਰੋਧੀ ਪਾਰਟੀਆਂ ਅੱਗ ਬਬੂਲਾ ਹੋ ਗਈਆਂ ਨੇ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਦਿੱਲੀ ਮਾਡਲ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਮਾਨ ਸਰਕਾਰ ਨੇ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ ਡੀਪੀ ਦੇ ਰੇਟ ਵਧ ਗਏ ਨੇ ਕਿਸਾਨ ਗੁੱਸੇ ਦੇ ਵਿੱਚ ਆ ਗਏ ਨੇ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਬਿਜਲੀ ਖਰੀਦ ਸਮਝੌਤੇ ਰੱਦ ਕਰੋ ਇਹ ਮੰਗ ਅਕਾਲੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਉਹ ਕਿਉਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਭਗਵੰਤ ਮਾਨ ਦੇ ਦਿੱਲੀ ਦੌਰੇ ਤੋਂ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਨਾਲ ਲਿਆ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤੇਹਰ ਨੂੰ ਅਤੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਘ ਲਾਲ ਨੂੰ ਅਤੇ ਦਿੱਲੀ ਚਲੇ ਗਏ 2 ਦਿਨਾਂ ਦੌਰੇ ਦੇ ਲਈ ਉੱਥੇ ਜਾ ਕੇ ਸਰਕਾਰੀ ਸਕੂਲ ਦੇਖੇ ਜਿਹੜੇ ਕਿ ਦਿੱਲੀ ਸਰਕਾਰ ਦੇ ਵੱਲੋਂ ਜਿਨ੍ਹਾਂ ਨੂੰ ਮੇਨਟੇਨ ਕੀਤਾ ਜਾ ਰਿਹਾ ਹੈ ਦਿੱਲੀ ਸਰਕਾਰ ਦਾਵਾ ਕਰਦੀ ਹੈ ਕਿ ਸਾਡੇ ਸਕੂਲ ਭਾਰਤ ਦੇ ਵਿੱਚ ਸਭ ਤੋਂ ਵਧੀਆ ਨੇ ਅਤੇ ਮੁਹੱਲਾ ਕਲੀਨਿਕ ਵੇਖਣ ਦੇ ਲਈ ਵੀ ਮਾਨ ਸਰਕਾਰ ਗਈ ਉਸ ਤੋਂ ਬਾਅਦ ਹੁਣ ਭਗਵੰਤ ਮਾਨ ਸਕੂਲ ਅਤੇ ਮੁਹੱਲਾ ਕਲੀਨਿਕ ਵੇਖਣ ਤੋਂ ਬਾਅਦ ਭਗਵੰਤ ਸਿੰਘ ਮਾਨ ਪੂਰੀ ਤਰ੍ਹਾਂ ਸੰਤੁਸ਼ਟ ਦਿਖਾਈ ਦਿੰਦੇ ਨੇ ਭਗਵੰਤ ਮਾਨ ਇਹ ਕਹਿ ਕੇ ਦਿੱਲੀ ਗਏ ਸਨ ਕਿ ਅਸੀਂ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਦਿੱਲੀ ਦਾ ਇਹ ਸਿਹਤ ਅਤੇ ਸਿੱਖਿਆ ਦਾ ਮਾਡਲ ਪੰਜਾਬ ਦੇ ਵਿੱਚ ਵੀ ਲਾਗੂ ਕਰਾਂਗੇ ਅਤੇ ਹੁਣ ਅਸੀਂ ਵੇਖਣ ਚੱਲੇ ਹਾਂ ਕਿ ਆਖਰ ਉਹ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਨੂੰ ਚਲਾ ਕਿਵੇਂ ਰਹੇ ਨੇ ਬਣਾ ਕੇਵੇਂ ਰਹੇ ਨੇ ਅਤੇ ਉਹੀ ਕੁਝ ਪੰਜਾਬ ਦੇ ਵਿੱਚ ਵੀ ਲਾਗੂ ਕੀਤਾ ਜਾਵੇਗਾ ਸਕੂਲਾਂ ਨੂੰ ਵੇਖਣ ਤੋਂ ਬਾਅਦ ਭਗਵੰਤ ਮਾਨ ਪੂਰੀ ਤਰ੍ਹਾਂ ਬਾਗੋ-ਬਾਗ ਦਿਖਾਈ ਦਿੱਤੇ, ਸੰਤੁਸ਼ਟ ਦਿਖਾਈ ਦਿੱਤੇ, ਖੁਸ਼ ਦਿਖਾਈ ਦਿੱਤੇ ਅਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਇੰਨਾ ਵੱਡਾ ਪੱਧਰ ਮੈਂ ਕਦੇ ਨਹੀਂ ਵੇਖਿਆ ਅਤੇ ਪੰਜਾਬ ਦੇ ਵਿੱਚ ਵੀ ਇਹ ਵਿਸ਼ਵ ਪੱਧਰੀ ਬਹੁਤ ਵਧੀਆ ਪੱਧਰ ਦੇ ਸਮਾਰਟ ਸਕੂਲ ਚੇਤੇ ਹੀ ਵੇਖਣ ਨੂੰ ਮਿਲਣਗੇ। ਨਾਲ ਦੀ ਨਾਲ ਭਗਵੰਤ ਮਾਨ ਨੇ ਆਪਣੇ ਆਫੀਸ਼ੀਅਲ ਫੇਸਬੁੱਕ ਪੇਜ ਤੇ ਵੀ ਸਾਰੀ ਜਾਣਕਾਰੀ ਅਪਡੇਟ ਕੀਤੀ। ਲਿਖਦੇ ਨੇ ਵੱਡੇ ਹਾਲ スイミングプール माइंडफुलनेस क्लास ਇਹ ਸਿੱਖਿਆ ਦਾ ਨੈਕਸਟ ਲੈਵਲ ਹੈ ਮੈਂ ਵਿਦਿਆਰਥੀਆਂ ਨਾਲ ਵੀ ਗੱਲ ਕੀਤੀ ਬਹੁਤ ਸਾਰੇ ਬੱਚੇ ਵੱਡੇ ਪ੍ਰਾਈਵੇਟ ਸਕੂਲ ਛੱਡ ਕੇ ਇੱਥੇ ਆਏ ਹਨ ਦਿੱਲੀ ਵਾਂਗ ਪੰਜਾਬ 'ਚ ਵੀ ਸਿੱਖਿਆ ਤੇ ਸਾਡਾ ਪੂਰਾ ਜ਼ੋਰ ਰਹੇਗਾ ਜਲਦੀ ਹੀ ਤੁਹਾਨੂੰ ਪੰਜਾਬ ਵਿੱਚ ਵੀ ਵਿਸ਼ਵ ਪਧਰੀ ਸਮਾਰਟ ਸਕੂਲ ਵੇਖਣ ਨੂੰ ਮਿਲਣਗੇ ਐਲਾਨ ਮੁੱਖ ਮੰਤਰੀ ਨੇ ਕਰ ਦਿੱਤਾ ਹੈ ਕਿ ਵਿਸ਼ਵ ਪਧਰੀ ਸਮਾਰਟ ਸਕੂਲ ਛੇਤੀ ਹੀ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਣਗੇ ਜੋ ਕਿ ਇੱਕ ਚੰਗੀ ਖਬਰ ਪੰਜਾਬ ਦੇ ਲੋਕਾਂ ਲਈ ਕਹੀ ਜਾ ਸਕਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਪ੍ਰਚਾਰ ਮੌਕੇ ਦੋ ਹੀ ਮੁੱਦਿਆਂ ਤੇ ਸਭ ਤੋਂ ਜ਼ਿਆਦਾ ਜ਼ੋਰ ਰੱਖਿਆ ਸੀ ਸਿਹਤ ਅਤੇ ਸਿੱਖਿਆ ਅਤੇ ਹੁਣ ਭਗਵੰਤ ਮਾਨ ਦੀ ਸਰਕਾਰ ਇਹ ਦਾਵਾ ਕਰ ਰਹੀ ਹੈ ਕਿ ਜਿੰਨਾ ਮੁੱਦਿਆਂ ਤੇ ਅਸੀਂ ਜ਼ੋਰ ਕਰ ਦਿੱਤਾ ਸੀ ਹੁਣ ਸੱਤਾ ਦੇ ਵਿੱਚ ਆ ਕੇ ਵੀ ਉਹਨਾਂ ਹੀ ਮੁੱਦਿਆਂ ਤੇ ਜ਼ੋਰ ਦੇਵਾਂਗੇ ਅਤੇ ਵਿਸ਼ਵ ਪੱਧਰੀ ਸਕੂਲ ਪੰਜਾਬ ਦੇ ਵਿੱਚ ਬਣਾਏ ਜਾਣਗੇ ਇਹ ਐਲਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਰ ਦਿੱਤਾ ਗਿਆ ਹੈ ਜਦੋਂ ਸਕੂਲਾਂ ਦਾ ਦੌਰਾ ਕੀਤਾ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਸੋਦੀਆ ਨਾਲ ਸਨ ਅਰਵਿੰਦ ਕੇਜਰੀਵਾਲ ਤਾਂ ਨਾਲ ਹੈਗੇ ਸਨ ਅਤੇ ਜਦੋਂ ਮੁਹੱਲਾ ਕਲੀਨਿਕਾਂ ਦਾ ਦੌਰਾ ਕੀਤਾ ਗਿਆ ਤਾਂ ਦਿੱਲੀ ਦੇ ਸਿਹਤ ਮੰਤਰੀ ਅਸਤਿੰਦਰ ਜੈਨ ਇੱਥੇ ਮੌਜੂਦ ਰਹੇ ਉਧਰ ਦੂਜੇ ਪਾਸੇ ਪੰਜਾਬ ਦੇ ਵਿੱਚ ਪੰਜਾਬ ਦੇ ਵੱਲੋਂ ਜਦੋਂ ਸਕੂਲਾਂ ਦਾ ਦौरा ਕੀਤਾ ਗਿਆ ਉਦੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤਿਹਰ ਨਾਲ ਸਨ ਅਤੇ ਮੁਹੱਲਾ ਕਲੀਨਿਕਾਂ ਦਾ ਦौरा ਕਰਨ ਸਮੇਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਘ ਲਾ ਨਾਲ ਮੌਜੂਦ ਸਨ ਸਾਰਾ ਕੁਝ ਸਮਝਿਆ ਗਿਆ ਕਿ ਆਖਿਰ ਚੱਲਦਾ ਕਿਵੇਂ ਹੈ ਮੁਹੱਲਾ ਕਲੀਨਿਕਾਂ ਨੂੰ ਵੇਖਣ ਤੋਂ ਬਾਅਦ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸੰਤੁਸ਼ਟੀ ਜ਼ਾਹਿਰ ਕੀਤੀ ਗਈ ਹੈ ਅਤੇ ਐਲਾਨ ਇਹ ਵੀ ਕਰ ਦਿੱਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਵੀ ਅਜਿਹਾ ਕੁਝ ਜ਼ਰੂਰ ਹੋਵੇਗਾ ਮੁਹੱਲਾ ਕਲੀਨਿਕਾਂ ਬਾਰੇ ਉਹ ਲਿਖਦੇ ਨੇ ਅੱਜ ਮੁੱਖ ਮੰਤਰੀ ਦਿੱਲੀ ਰਵਿੰਦ ਕੇਜਰੀਵਾਲ ਜੀ ਦੇ ਨਾਲ ਦਿੱਲੀ ਦੇ ਮੁਹੱਲਾ ਕਲੀਨਿਕ ਦਾ ਦੌਰਾ ਕੀਤਾ ਇਨਲਾ ਕਲੀਨਿਕਾਂ ਦੀ ਤਾਰੀਫ ਪੂਰੀ ਦੁਨੀਆ ਨੇ ਕੀਤੀ ਹੈ ਅਸੀਂ ਪੰਜਾਬ ਵਿੱਚ ਵੀ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਵਚਨਬੱਧ ਹਾਂ ਪੰਜਾਬ ਦੀ ਬਿਹਤਰੀ ਲਈ ਜੋ ਵੀ ਚੰਗੇ ਕੰਮ ਹੋਣਗੇ ਅਸੀਂ ਉਹਨਾਂ ਤੋਂ ਜ਼ਰੂਰ ਸਿੱਖਾਂਗੇ ਇੱਕ ਤਾਂ ਕਹਿੰਦੇ ਨੇ ਇੱਕ ਸਕੂਲ ਵਿਸ਼ਵ ਪੱਧਰੀ ਬਣਾਵਾਂਗੇ ਪੰਜਾਬ ਦੇ ਵਿੱਚ ਅਤੇ ਦੂਜਾ ਮੁਹੱਲਾ ਕਲੀਨਿਕ ਵੀ ਵਿਸ਼ਵ ਪੱਧਰੀ ਬਣਾਏ ਜਾਣਗੇ ਮਤਲਬ ਜਿਹੜੀਆਂ ਸਿਹਤ ਸਹੂਲਤਾਂ ਨੇ ਪੰਜਾਬ ਦੇ ਵਿੱਚ ਉਹ ਵੀ ਵਿਸ਼ਵ ਪੱਧਰੀ ਦਿੱਤੀਆਂ ਜਾਣਗੀਆਂ ਅੰਤਰਰਾਸ਼ਟਰੀ ਪੱਦਰ ਦੀਆਂ ਸਹਿਤਾ ਸਹੂਲਤਾਂ ਅਤੇ ਸਿੱਖਿਆ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਮੁੱਖ ਮੰਤਰੀ ਦੇ ਐਲਾਨਾਂ ਦੇ ਵਿੱਚ ਇੱਕ ਹੋਰ ਵੱਡਾ ਐਲਾਨਾ کہہ ਸਕਦੇ ਹਾਂ ਦੋ ਵੱਡੇ ਐਲਾਨ ਹੋਰ ਵੀ ਸ਼ਾਮਲ ਹੋ ਗਏ ਨੇ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਲਾਗੂ ਕਰਨ ਦਾ ਦਾਵਾ ਆਉਣ ਵਾਲੇ ਸਮੇਂ ਦੇ ਵਿੱਚ ਲਾਗੂ ਕਰਨ ਦਾ ਦਾਵਾ ਹੁਣ ਮਾਨ ਸਰਕਾਰ ਦੇ ਵੱਲੋਂ ਕੀਤਾ ਜਾਣ ਲੱਗ ਪਿਆ ਏ ਅੱਗੇ ਵਧਦੇ ਆ ਮਾਣ ਸਰਕਾਰ ਤਾਂ ਇਹ ਦੌਰਾ ਕਰਕੇ ਪੂਰੀ ਤਰ੍ਹਾਂ ਬਾਗੋ ਬਾਗ ਹੋ ਗਈ ਐ ਭਗਵੰਤ ਸਿੰਘ ਮਾਣ ਪੂਰੀ ਤਰ੍ਹਾਂ ਸੰਤੁਸ਼ਟ ਨੇ ਪਰ ਵਿਰੋਧੀ ਪਾਰਟੀਆਂ ਇਸ ਮੁੱਦੇ ਤੇ ਅੱਗ ਬਬੂਲਾ ਹੁੰਦੀਆਂ ਦਿਖਾਈ ਦਿੰਦੀਆਂ ਨੇ ਗੱਲ ਜੇਕਰ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਿਲਜੀਤ ਸਿੰਘ ਚੀਮਾ ਦੀ ਕੀਤੀ ਜਾਵੇ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਮਾਣ ਸਰਕਾਰ ਨੂੰ ਕੇਰੇ ਦੇ ਵਿੱਚ ਲੈ ਲਿਆ ਏ ਦਿਲਜੀਤ ਸਿੰਘ ਚੀਮਾ ਕਹਿੰਦੇ ਨੇ ਕਿ ਦਿੱਲੀ ਵਰਗੇ ਸ਼ਹਿਰ ਨੂੰ ਪੰਜਾਬ ਵਰਗੇ ਪਿੰਡਾਂ ਵਾਲੇ ਸੂਬੇ ਦੇ ਕੰਪੇਅਰ ਨਹੀਂ ਕੀਤਾ ਜਾ ਸਕਦਾ ਇਹਨਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ ਦਿੱਲੀ ਦਾ ਸਿੱਖਿਆ ਮਾਡਲ ਕਦੇ ਵੀ ਪੰਜਾਬ ਤੇ ਲਾਗੂ ਨਹੀਂ ਕੀਤਾ ਜਾ ਸਕਦਾ ਹੈ ਚੰਗਾ ਹੁੰਦਾ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਜਾਣ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਜਾਂਦੇ ਬਾਰਡਰ ਏਰੀਆ ਦੇ ਸਕੂਲਾਂ ਦੇ ਵਿੱਚ ਪਹਿਲਾਂ ਜਾਂਦੇ ਉਹਨਾਂ ਨੂੰ ਪਤਾ ਲੱਗਦਾ ਕਿ ਕਿਵੇਂ ਦਿੱਲੀ ਨਾਲੋਂ ਬਿਲਕੁਲ ਵੱਖਰੇ ਹਾਲਾਤ ਪੰਜਾਬ ਦੇ ਵਿੱਚ ਨੇ ਪਰ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਮੁੱਦਿਆਂ ਤੋਂ ਧਿਆਨ ਭਟਕਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਆਪਣੀ ਮਸ਼ਹੂਰੀ ਦੇ ਲਈ ਸਿਰ ਭਗਵੰਤ ਮਾਨ ਹੈ ਦਿੱਲੀ ਦਾ ਦੌਰਾ ਕਰ ਰਹੇ ਨੇ ਦੂਜੇ ਪਾਸੇ ਗੱਲ ਜੇਕਰ ਕਾਂਗਰਸ ਦੀ ਕੀਤੀ ਜਾਵੇ ਤਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਇਦਾਂ ਹੀ ਲੱਗਦਾ ਏ ਉਹਨਾਂ ਨੇ ਆਪਣੇ ਆਫੀਸ਼ੀਅਲ ਫੇਸਬੁਕ ਪੇਜ ਤੇ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਭਗਵੰਤ ਮਾਨ ਦੇ ਇਸ ਦੌਰੇ ਦਾ ਮਕਸਦ ਦੱਸ ਦਿੱਤਾ ਏ ਨਵਜੋਤ ਸਿੰਘ ਸਿੱਧੂ ਨੂੰ ਲੱਗਦਾ ਏ ਕਿ ਇਸ ਦਾ ਮਕਸਦ ਸਿਰਫ ਤੇ ਸਿਰਫ ਅਸਲ ਮੁੱਦਿਆਂ ਤੋਂ ਪਾਸਾ ਵਟਣਾ ਹੈ ਇਹ ਮਹਿਜ਼ ਹੋਰ ਸੂਬੇ ਦੀਆਂ ਚੋਣਾਂ ਵਿੱਚ ਲਾਭ ਲੈਣ ਲਈ ਫੋਟੋਗ੍ਰਾਫੀ ਅਤੇ ਸਰਕਾਰੀ ਖਜ਼ਾਨੇ ਦੀ ਬਰਬਾਦੀ ਹੈ ਪੰਜਾਬ ਨੂੰ ਵਿੱਤੀ ਕਿਸਾਨੀ ਅਤੇ ਬਿਜਲੀ ਸੰਕਟ ਵਿੱਚੋਂ ਨਿਕਲਣ ਲਈ ਲਈਦੀ ਦੀ ਲੋੜ ਹੈ ਸਥਾਨਕ ਸਮੱਸਿਆਵਾਂ ਦੇ ਸਥਾਨਕ ਹੱਲ ਦੀ ਲੋੜ ਹੈ ਹੱਲ ਆਮਦਨ ਪੈਦਾ ਕਰਨਾ ਹੈ ਕਿਰਪਾ ਕਰਕੇ ਸਾਨੂੰ ਦੱਸੋ ਕਿ ਮੁਫਤ ਬਿਜਲੀ ਅਤੇ ਮੁਹੱਲਾ ਕਲੀਨਿਕਾਂ ਲਈ ਪੈਸੇ ਕਿੱਥੋਂ ਆਉਣਗੇ ਰੇਤ ਮਾਈਨਿੰਗ ਤੋਂ 20000 ਕਰੋੜ ਆਮਦਨ ਦਾ ਵਾਅਦਾ ਕਿੱਥੇ ਹੈ ਨਵਜੋਤ ਸਿੰਘ ਸਿੱਧੂ ਦੇ ਕਹਿਣ ਦਾ ਮਤਲਬ ਇਹ ਹੈ ਕਿ ਦੂਜੇ ਸੂਬਿਆਂ ਦੇ ਵਿੱਚ ਚੋਣਾਂ ਜਿੱਤ ਜਾਈਏ ਇਸੇ ਮਕਸਦ ਲਈ ਫੋਟੋਆਂ ਖਿਚਵਾਉਣ ਦੇ ਕਰਕੇ ਹੀ ਭਗਵੰਤ ਮਾਨ ਦਿੱਲੀ ਗਏ ਨੇ ਅਤੇ ਪੰਜਾਬ ਦੇ ਅਸਲ ਮੁੱਦਿਆਂ ਤੋਂ ਪਾਸਾ ਵਟਣਾ ਵੀ ਉਹਨਾਂ ਦਾ ਮਕਸਦ ਹੈ ਜਦਕਿ ਪੰਜਾਬ ਦੇ ਵਿੱਚ ਜੇਕਰ ਹੱਲ ਕਰਨਾ ਹੈ ਇਹਨਾਂ ਚੀਜ਼ਾਂ ਦਾ ਤੇ ਉਸ ਦੇ ਲਈ ਫਿਰ ਲੋਕਲ ਸਥਾਨਕ ਹੀ ਹੱਲ ਲੱਭਣੇ ਪੈਣਗੇ ਸਿੱਧੂ ਦੇ ਕਹਿਣ ਦਾ ਮਤਲਬ ਵੀ ਇਹ ਹੈ ਕਿ ਹਰੇਕ ਸੂਬੇ ਦੇ ਹਾਲਾਤ ਵੱਖਰੇ ਹੁੰਦੇ ਨੇ ਸਮੱਸਿਆਵਾਂ ਵੱਖਰੀਆਂ ਹੁੰਦੀਆਂ ਨੇ ਅਤੇ ਸਮੱਸਿਆਵਾਂ ਦਾ ਹੱਲ ਵੀ ਵੱਖਰੇ ਤਰੀਕੇ ਨਾਲ ਕੀਤਾ ਜਾ ਸਕਦਾ ਹੁੰਦਾ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਇਹ ਦਾਵਾ ਕਰ ਦਿੱਤਾ ਗਿਆ ਹੈ ਰਾਜਾ ਬੜਿੰਗ ਕਹਿੰਦੇ ਨੇ ਕਿ ਵਾਰ-ਵਾਰ ਦਿੱਲੀ ਗੇੜੇ ਭਗਵੰਤ ਮਾਨ ਨੂੰ ਨਹੀਂ ਮਾਰਨੇ ਚਾਹੀਦੇ ਸਗੋਂ ਪੰਜਾਬ ਦੇ ਵਿੱਚ ਸਮਾਂ ਗੁਜ਼ਾਰਨਾ ਚਾਹੀਦਾ ਹੈ ਅਤੇ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਭਗਵੰਤ ਮਾਨ ਨੂੰ ਕਰਨਾ ਚਾਹੀਦਾ ਹੈ ਭਾਜਪਾ ਕਹਿੰਦੀ ਹੈ ਕਿ ਜੇਕਰ ਭਗਵੰਤ ਮਾਨ ਦਿੱਲੀ ਗਏ ਹੀ ਨੇ ਤਾਂ ਉਹਨਾਂ ਸਕੂਲਾਂ ਦੇ ਵਿੱਚ ਵੀ ਚਲੇ ਜਾਣ ਜਿਨ੍ਹਾਂ ਦੇ ਵਿੱਚ ਅਜੇ ਤੱਕ ਪ੍ਰਿੰਸੀਪਲ ਹੀ ਨਹੀਂ ਰੱਖਿਆ ਗਿਆ ਹੈ ਬਿਨਾਂ ਅਧਿਆਪਕਾਂ ਤੋਂ ਅਤੇ ਹੈਡਮਾਸਟਰਾਂ ਤੋਂ ਸਕੂਲ ਚਲਾਏ ਜਾ ਰਹੇ ਨੇ ਉਹਨਾਂ ਸਕੂਲਾਂ ਦਾ ਦੌਰਾ ਵੀ ਭਗਵੰਤ ਮਾਨ ਨੂੰ ਕਰਨਾ ਚਾਹੀਦਾ ਹੈ ਪਰ ਜੇਕਰ ਤੁਹਾਨੂੰ ਜਾਣ ਕਰ ਦੇਈਏ ਤਾਂ ਭਗਵੰਤ ਮਾਨ ਦਿੱਲੀ ਦੇ ਅਜੇ ਹ ਕਿਸੇ ਵੀ ਸਰਕਾਰੀ ਸਕੂਲ ਦੇ ਵਿੱਚ ਨਹੀਂ ਗਏ ਜਿੱਥੇ ਕਿ ਪ੍ਰਿੰਸੀਪਲ ਤੱਕ ਕਈ ਸਾਲਾਂ ਤੋਂ ਮੌਜੂਦ ਨਹੀਂ ਹੈ ਭਗਵੰਤ ਮਾਨ ਉੱਥੇ ਗਏ ਜਿੱਥੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਲੈ ਕੇ ਗਏ ਅਤੇ ਇਸੇ ਕਰਕੇ ਹੀ ਵਿਰੋਧੀ ਪਾਰਟੀਆਂ ਅੱਗ ਬਬੂਲਾ ਹੋ ਗਈਆਂ ਨੇ ਕਿ ਸਿਰਫ ਵੀਡੀਓ ਬਣਵਾਉਣ ਦੇ ਲਈ ਸਿਰਫ ਫੋਟੋਆਂ ਖਿਚਵਾਉਣ ਦੇ ਲਈ ਹੀ ਭਗਵੰਤ ਮਾਨ ਨੇ ਇਹ ਦਿੱਲੀ ਦਾ ਦੌਰਾ ਕੀਤਾ ਹੈ ਅਤੇ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਕਿ ਅਸੀਂ ਦਿੱਲੀ ਦਾ ਮਾਡਲ ਪੰਜਾਬ ਦੇ ਵਿੱਚ ਲਾਗੂ ਕਰਾਂਗੇ ਜਦਕਿ ਦਿੱਲੀ ਅਤੇ ਪੰਜਾਬ ਦੀ ਤੁਲਨਾ ਆਪਸ ਵਿੱਚ ਨਹੀਂ ਕੀਤੀ ਜਾ ਸਕਦੀ ਹੈ ਦਿੱਲੀ ਇੱਕ ਸਿਰਫ ਸ਼ਹਿਰ ਹੈ ਅਤੇ ਪੰਜਾਬ ਪਿੰਡਾਂ ਵਾਲਾ ਸੂਬਾ ਹੈ ਇਸ ਕਰਕੇ ਇਸ ਦੇ ਹੱਲ ਵੱਖਰੇ ਨੇ ਸਮੱਸਿਆਵਾਂ ਵੱਖਰੀਆਂ ਨੇ ਦਿੱਲੀ ਦੇ ਨਾਲ ਇਹਦੀ ਤੁਲਨਾ ਬਿਲਕੁਲ ਨਹੀਂ ਕੀਤੀ ਜਾ ਸਕਦੀ ਹੈ ਵਿਰੋਧੀ ਪਾਰਟੀਆਂ ਨੂੰ ਜਾਪਦਾ ਹੈ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਚੋਣਾ ਤੋਂ ਪਹਿਲਾਂ ਲੋਕਾਂ ਦੇ ਕੋਲੋਂ ਵੋਟਾਂ ਹੀ ਇਹ ਕਹਿ ਕੇ ਮੰਗੀਆਂ ਸਨ ਕਿ ਦਿੱਲੀ ਦਾ ਮਾਡਲ ਲਾਗੂ ਕਰਾਂਗੇ ਹੁਣ ਅਸੀਂ ਕਰਨ ਜਾ ਰਹੇ ਹਾਂ ਇਹ ਸਾਡਾ ਫਰਜ਼ ਬਣਦਾ ਹੈ ਤੇ ਅਸੀਂ ਉਹੀ ਪੂਰਾ ਕਰ ਰਹੇ ਹਾਂ ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਇਸ ਤਰ੍ਹਾਂ ਭਗਵੰਤ ਮਾਨ ਦੇ ਦਿੱਲੀ ਦੌਰੇ ਨੇ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਪੂਰੀ ਤਰ੍ਹਾਂ ਹਲਚਲ ਮੱਚੀ ਹੋਈ ਹੈ ਅਗਲੀ ਖਬਰ ਵੀ ਭਗਵੰਤ ਮਾਨ ਦੀ ਸਰਕਾਰ ਦੇ ਨਵੇਂ ਫੈਸਲੇ ਦੇ ਨਾਲ ਹੀ ਜੁੜੀ ਹੋਈ ਹੈ ਨਜਾਇਜ਼ ਮਾਈਨਿੰਗ ਰੋਕ ਦਿੰਦੀ ਹੈ ਪੰਜਾਬ ਦੇ ਵਿੱਚੋਂ ਖਤਮ ਕਰ ਦਿੰਦੀ ਹੈ ਮਾਈਨਿੰਗ ਮੰਤਰੀ ਹਰਜੋਤ ਬੈਂਹ ਦੇ ਵੱਲੋਂ ਬੀਤੇ ਦਿਨੀ ਇਹ ਦਾਵਾ ਕੀਤਾ ਗਿਆ ਸੀ ਪਰ ਅਜੇ ਵੀ ਪੰਜਾਬ ਦੇ ਵਿੱਚ ਨਜਾਇਜ਼ ਮਾਈਨਿੰਗ ਢੱਲੇ ਦੇ ਨਾਲ ਚੱਲ ਰਹੀ ਹੈ ਅਤੇ ਇਹ ਸ਼ਿਕਾਇਤਾਂ ਹੁਣ ਆਪ ਵਿਧਾਇਕਾਂ ਦੇ ਵੱਲੋਂ ਹੀ ਕੀਤੀਆਂ ਵੀ ਜਾਣ ਲੱਗ ਪਈਆਂ ਨੇ ਮਾਨ ਸਰਕਾਰ ਨੇ ਇਸ ਬਾਰੇ ਇੱਕ ਹੋਰ ਕਦਮ ਚੁੱਕਿਆ ਹੈ ਇੱਕ ਟੂਲ ਫ੍ਰੀ ਨੰਬਰ ਜਾਰੀ ਕਰ ਦਿੱਤਾ ਗਿਆ ਹੈ 1800 180 2422 ਇਹ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ ਹੈ ਆਮ ਲੋਕਾਂ ਦੇ ਲਈ ਮਾਨ ਸਰਕਾਰ ਦਾ ਕਹਿਣਾ ਹੈ ਕਿ ਜਿਹੜਾ ਵੀ ਆਮ ਵਿਅਕਤੀ ਕਿਤੇ ਵੀ ਨਜਾਇਜ਼ ਮਾਈਨਿੰਗ ਹੁੰਦੀ ਵੇਖਦਾ ਹੈ ਇਸ ਨੰਬਰ ਤੇ ਫੋਨ ਕਰਕੇ ਸਾਨੂੰ ਜਾਣਕਾਰੀ ਦੇਵੇ ਅਸੀਂ ਉੱਥੇ ਜਾ ਕੇ ਉਸ ਨਜਾਇਜ਼ ਮਾਈਨਿੰਗ ਨੂੰ ਰੁਕਵਾਵਾਂਗੇ ਲੋਕ ਵੀ ਸਾਡਾ ਸਾਥ ਦੇਣ ਸਾਨੂੰ ਦੱਸਣ ਕਿ ਆਖਿਰ ਪੰਜਾਬ ਦੇ ਵਿੱਚ ਨਜਾਇਜ਼ ਮਾਈਨਿੰਗ ਚੱਲ ਕਿੱਥੇ ਰਹੀ ਹੈ ਜੇਕਰ ਰੇਤੇ ਦੇ ਰੇਟ ਵੱਧ ਮਿਲਦੇ ਨੇ ਤਾਂ ਵੀ ਇਸ ਨੰਬਰ ਤੇ ਫੋਨ ਕਰਕੇ ਸ਼ਿਕਾਇਤ ਦਿੱਤੀ ਜਾ ਸਕਦੀ ਹੈ ਕਿਉਂਕਿ ਪੰਜਾਬ ਦੇ ਕਿਚ ਰੇਤ ਦੇ ਰੇਟ ਅਸਮਾਨੀ ਚੜ ਗਏ ਨੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਮਝ ਨਹੀਂ ਆ ਰਿਹਾ ਕਿ ਇੱਕ ਪਾਸੇ ਅਜੇ ਤੱਕ ਨਜਾਇਜ਼ ਮਾਈਨਿੰਗ ਵੀ ਪੂਰੀ ਤਰ੍ਹਾਂ ਨਹੀਂ ਰੁਕੀ ਹੈ ਉਸਤੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਘਰੀ ਹੋਈ ਹੈ ਉਧਰ ਦੂਜੇ ਪਾਸੇ ਰੇਤੇ ਦੇ ਰੇਟ ਵੀ ਜ਼ਿਆਦਾ ਵੱਧਦੇ ਹੀ ਜਾਂਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਸ਼ਾਇਦ ਇਸੇ ਕਰਕੇ ਹੀ ਟੂਲ ਫ੍ਰੀ ਨੰਬਰ ਜਾਰੀ ਕੀਤਾ ਗਿਆ ਹੈ ਕਿ ਲੋਕਾਂ ਨੂੰ ਵੀ ਇਸ ਮਹਿੰਮਤ ਦੇ ਵਿੱਚ ਇਨਵੋਲਵ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਨਜਾਇਜ਼ ਮਾਈਨਿੰਗ ਖਤਮ ਕਰਨ ਦੇ ਵਿੱਚ ਤੁਸੀਂ ਵੀ ਹੁਣ ਸਾਡਾ ਸਾਥ ਜ਼ਰੂਰ ਦਿਓ ਬੀਤੇ ਦੇਣੀ ਮਾਈਨਿੰਗ ਮੰਤਰੀ ਹਰਜੋਤ ਬਹਿ ਦੇ ਵੱਲੋਂ ਖੇੜਾ ਕਲਮੋਟ ਇਲਾਕੇ ਦੇ ਵਿੱਚ ਸਟੂਨ ਕ੍ਰਸ਼ਰ ਹੀ ਜ਼ਬਤ ਕਰ ਲਏ ਗਏ ਸਨ ਪਰ ਹੁਣ ਖਬਰਾਂ ਆ ਰਹੀਆਂ ਨੇ ਕਿ ਉੱਥੇ ਅਜੇ ਵੀ ਨਜਾਇਜ਼ ਮਾਈਨਿੰਗ ਪੂਰੀ ਤਰ੍ਹਾਂ ਜਾਰੀ ਹੈ ਖੇੜਾ ਕਲਮੋਟ ਇਲਾਕਾ ਸੀ ਜਿਸ ਦੇ ਵਿੱਚ ਸਟੂਨ ਕ੍ਰਸ਼ਰ ਜ਼ਬਤ ਕੀਤੇ ਗਏ ਸਨ ਅਤੇ ਹੁਣ ਆਸ-ਪਾਸ ਦੇ ਪਿੰਡਾਂ ਦੇ ਲੋਕ ਇੱਕ ਵਾਰ ਫਿਰ ਤੋਂ ਦਾਵਾ ਕਰ ਰਹੇ ਨੇ ਕਿ ਉੱਥੇ ਨਜਾਇਜ਼ ਮਾਈਨਿੰਗ ਅਜੇ ਵੀ ਚੱਲ ਰਹੀ ਹੈ ਮਾਈਨਿੰਗ ਮੰਤਰੀ ਹਰਜੂਤ ਬੈਂਸ ਕਹਿੰਦੇ ਨੇ ਕਿ ਖਤਮ ਕਰ ਦਿਆਂਗੇ ਸਾਡੀ ਸਰਕਾਰ ਲੱਗੀ ਹੋਈ ਹੈ ਸਖਤੋ ਸਖਤ ਕਾਰਵਾਈ ਨਾਜਾਇਜ਼ ਮਾਈਨਿੰਗ ਵਾਲਿਆਂ ਤੇ ਕੀਤੀ ਜਾਵੇਗੀ ਅੱਗੇ ਵਧਦੇ ਆ ਗੱਲ ਹੁਣ ਕਿਸਾਨਾਂ ਦੀ ਕਰ ਲੈਨੇ ਆ ਕੇਜਰੀਵਾਲ ਨੇ ਵਾਦਾ ਕੀਤਾ ਸੀ ਕਿ 1 April ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਵੀ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ ਮੈਂ ਨਹੀਂ ਕਰਨ ਦਿਆਂਗਾ ਪਰ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅੱਜ ਵੀ ਮਾਨਸਾ ਦੇ ਦੋ ਕਿਸਾਨਾਂ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਮਾਨਸਾ ਦੇ ਪਿੰਡ ਪਾਧੜਾ ਦੇ ਵਿੱਚ ਇੱਕ 42 ਸਾਲਾ ਕਿਸਾਨ ਮੱਖਣ ਸਿੰਘ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਸਵਾ 1 ਏਕੜ ਦੇ ਕਰੀਬ ਉਸ ਦੇ ਕੋਲ ਜ਼ਮੀਨ ਸੀ ਅਤੇ 5 ਲੱਖ ਰੁਪਏ ਤੱਕ ਦਾ ਉਸਦੇ ਸਿਰ ਤੇ ਕਰਜ਼ਾ ਸੀ ਜਿਸ ਕਰਕੇ ਉਸਨੇ ਖੁਦਕੁਸ਼ੀ ਕਰ ਲਈ ਹੈ ਇਸ ਤੋਂ ਇਲਾਵਾ ਮਾਨਸਾ ਦੇ ਹੀ ਇੱਕ ਹੋਰ ਪਿੰਡ ਦੇ ਕਿਸਾਨ ਦੇ ਵੱਲੋਂ 22 ਸਾਲਾ ਕਿਸਾਨ ਦੇ ਵੱਲੋਂ ਵੀ ਖੁਦਕੁਸ਼ੀ ਕਰ ਲਈ ਗਈ ਹੈ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਮਾਨ ਸਰਕਾਰ ਦੇ ਅੱਗੇ ਇੱਕ ਵੱਡੀ ਮੰਗ ਕਿਸਾਨ ਖੁਦਕੁਸ਼ੀਆਂ ਨੂੰ ਲੈ ਕੇ ਰੱਖ ਦਿੱਤੀ ਗਈ ਹੈ ਰਾਜੇਵਾਲ ਕਹਿੰਦੇ ਨੇ ਕਿ ਜਿਵੇਂ ਪੰਜਾਬ ਪੁਲਿਸ ਦੇ ਲਈ ਪੰਜਾਬ ਪੁਲਿਸ ਦੇ ਜਵਾਨਾਂ ਦੇ ਲਈ ਮੁਆਵਜ਼ਾ 1 ਕਰੋੜ ਪ੍ਰੇਰਿਅ ਰੱਖਿਆ ਗਿਆ ਹੈ ਕਿ ਜੇਕਰ ਕੋਈ ਆਨ ਡਿਊਟੀ ਪੁਲਿਸ ਮੁਲਾਜ਼ਮ ਦੀ ਮੌਤ ਹੁੰਦੀ ਹੈ ਉਸਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਏਗਾ। ਇਹੀ ਸਕੀਮ ਹੋਣਾ ਕਿਸਾਨ ਖੁਦਕੁਸ਼ੀਆਂ ਤੇ ਵੀ ਲਾਗੂ ਹੋਣੀ ਚਾਹੀਦੀ ਹੈ। ਜਿਹੜੇ ਕਿਸਾਨ ਖੁਦਕੁਸ਼ੀਆਂ ਕਰਦੇ ਨੇ ਉਹਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਮਾਨ ਸਰਕਾਰ ਇਸ ਪਾਸੇ ਵੱਲ ਵੀ ਧਿਆਨ ਦੇਵੇ। ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਇਹ ਮੰਗ ਹੈ ਮਾਨ ਸਰਕਾਰ ਦੇ ਅੱਗੇ ਰੱਖ ਦਿੱਤੀ ਗਈ ਹੈ ਅਗਲੀ ਖਬਰ ਵੀ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਹੈ ਡੀਪੀ ਖਾਦ ਮਹਿੰਗੀ ਹੋ ਗਈ ਹੈ 150 ਰੁਪਏ ਪ੍ਰਤੀ ਗਟਾ ਕੇਂਦਰ ਸਰਕਾਰ ਦੇ ਵੱਲੋਂ ਖਾਦ ਮਹਿੰਗੀ ਕਰ ਦਿੱਤੀ ਗਈ ਹੈ ਤੇ ਇਸ ਨੂੰ ਲੈ ਕੇ ਹੁਣ ਵਿਰੋਧੀ ਪਾਰਟੀਆਂ ਨੇ ਕੇਂਦਰ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਹੋਵੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਸਾਰੇ ਹੀ ਕਹਿ ਰਹੇ ਨੇ ਕਿ ਪਹਿਲਾਂ ਹੀ ਪੰਜਾਬ ਦੇ ਕਿਸਾਨ ਨੂੰ ਬੜੀ ਮਾਰ ਪਈ ਹੈ ਪਹਿਲਾਂ ਨਰਮਾ ਮਾਰਿਆ ਗਿਆ ਹੁਣ ਕਣਕ ਦਾ ਝਾੜ ਘਟ ਹੋਇਆ ਹੈ ਇੱਕਦਮ ਤਾਂਪਮਾਨ ਵਧਨ ਦੇ ਕਰਕੇ ਉਦੋਂ ਡੀਏਪੀ ਦੇ ਰੇਟ ਵੀ ਕੇਂਦਰ ਸਰਕਾਰ ਨੇ ਵਧਾ ਦਿੱਤੇ ਨੇ ਵਾਪਸ ਲੈਣੇ ਚਾਹੀਦੇ ਨੇ ਕਿਸਾਨ ਜਥੇਬੰਦੀਆਂ ਵੀ ਕਹਿੰਦੀਆਂ ਨੇ ਕਿ ਪਿਛਲੀ ਵਾਰ ਵੀ ਸਰਕਾਰ ਨੇ ਇਦਾਂ ਹੀ ਕੀਤਾ ਸੀ ਰੇਟ ਵਧਾ ਦਿੱਤੇ ਸਨ ਅਸੀਂ ਰੋਜ਼ ਜ਼ਾਹਿਰ ਕੀਤਾ ਉਸ ਤੋਂ ਬਾਅਦ ਵਾਪਸ ਲੈ ਲਏ ਸਨ ਹੁਣ ਵੀ ਸਰਕਾਰ ਨੂੰ ਇਦਾਂ ਹੀ ਕਰਨਾ ਚਾਹੀਦਾ ਹੈ ਇਦਾਂ ਨਾ ਕਰੇ ਪਹਿਲਾਂ ਹੀ ਪੰਜਾਬ ਦਾ ਕਿਸਾਨ ਕਰਜ਼ੇ ਦਾ ਮਾਰਿਆ ਹੈ ਅਤੇ ਕੇਂਦਰ ਸਰਕਾਰ ਵੀ ਮਹਿੰਗਾਈ ਕਰੀ ਜਾਂਦੀ ਹੈ ਪਹਿਲਾਂ ਹੀ ਡੀਜ਼ਲ ਬਹੁਤ ਜ਼ਿਆਦਾ ਮਹਿੰਗਾ ਹੈ ਆਮ ਵਰਤੋਂ ਦੀਆਂ ਚੀਜ਼ਾਂ ਵੀ ਮਹਿੰਗੀਆਂ ਨੇ ਉੱਪਰੋਂ ਡੀਏਪੀ ਦੇ ਰੇਟ ਵੀ ਵਧਾ ਦਿੱਤੇ ਗਏ ਨੇ ਬਹੁਤ ਮਾੜੀ ਗੱਲ ਹੈ ਇਹ ਵਧਾਏ ਗਏ ਰੇਟ ਇੱਥੇ ਵਾਪਸ ਲੈ ਜਾਣੇ ਚਾਹੀਦੇ ਨੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੇਂਦਰ ਸਰਕਾਰ ਦੇ ਅੱਗੇ ਇਹ ਮੰਗ ਰੱਖ ਦਿੱਤੀ ਗਈ ਹੈ ਅੱਗੇ ਵਧਦੇ ਹਾਂ ਗੱਲ ਹੁਣ ਬਿਜਲੀ ਦੀ ਕਰ ਲੈਨੇ ਆਂ ਪੰਜਾਬ ਦੇ ਵਿੱਚ ਬਿਜਲੀ ਸੰਕਟ ਛਾਇਆ ਹੋਇਆ ਏ ਪੰਜਾਬ ਦੇ ਬਹੁਤ ਸਾਰੇ ਥਰਮਲ ਪਲਾਂਟਾਂ ਦੇ ਕਈ ਯੂਨਿਟ ਬੰਦ ਹੋ ਗਏ ਨੇ ਖਬਰਾਂ ਆ ਰਹੀਆਂ ਨੇ ਕਿ ਕੋਲੇ ਦੀ ਘਾਟ ਕਰਕੇ ਯੂਨਿਟ ਬੰਦ ਹੋਈ ਜਾਂਦੇ ਨੇ ਅਤੇ ਬਿਜਲੀ ਦਾ ਸੰਕਟ ਹੋਰ ਵੀ ਗਹਿਰੋਂਦਾ ਦਿਖਾਈ ਦਿੰਦਾ ਏ ਅਤੇ ਬਹੁਤ ਲੰਮੇ ਲੰਮੇ ਕੱਟ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਲੱਗ ਰਹੇ ਨੇ ਇਸੇ ਬਿਜਲੀ ਸੰਕਟ ਨੂੰ ਹੀ ਲੈ ਕੇ ਰਾਜਪੁਰਾ ਦੇ ਥਰਮਲ ਪਲਾਂਟ ਦੇ ਸਾਹਮਣੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆਪਣੇ ਧੜੇ ਦੇ ਨਾਲ ਇੱਕ ਵਸ ਪ੍ਰਦਰਸ਼ਨ ਕੀਤਾ ਗਿਆ ਇੱਕ ਧਰਨਾ ਦਿੱਤਾ ਗਿਆ ਇਸ ਧਰਨੇ ਦੇ ਵਿੱਚ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਚੰਗੇ ਕਸੂਤੇ ਤਰੀਕੇ ਨਾਲ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਰੱਜ ਕੇ ਪੜਾਸ ਵੀ ਕੱਢੀ ਹੈ ਕਹਿੰਦੇ ਨੇ ਪਹਿਲਾਂ ਕਹਿੰਦੇ ਸੀ ਆਹ ਕਰਦੇਾਂਗੇ ਉਹ ਕਰਦੇਾਂਗੇ ਸਾਨੂੰ ਸਾਰਾ ਕੁਝ ਆਉਂਦਾ ਹੈ ਅਤੇ ਹੁਣ ਭਗਵੰਤ ਮਾਨ ਟ੍ਰੇਨਿੰਗਾਂ ਲੈਣ ਲਈ ਦਿੱਲੀ ਤੁਰਿਆ ਫਿਰਦਾ ਏ ਜੇਕਰ ਤੁਸੀਂ ਇੰਨੇ ਹੀ ਅਨਾੜੀ ਸੀ ਤਾਂ ਫਿਰ ਸੱਤਾ ਨੂੰ ਹਾਥੀ ਕਿਉਂ ਪਾਇਆ ਤੁਹਾਨੂੰ ਇਦਾਂ ਕਰਨਾ ਹੀ ਨਹੀਂ ਚਾਹੀਦਾ ਸੀ ਚੋਣਾਂ ਤੋਂ ਪਹਿਲਾਂ ਤੁਸੀਂ ਗੱਲਾਂ ਹੋਰ ਕਰਦੇ ਸੀ ਹੁਣ ਤੁਸੀਂ ਗੱਲਾਂ ਹੋਰ ਕਰਦੇ ਹੋ ਬਿਜਲੀ ਦੇ ਸੰਕਟ ਦਾ ਹੀ ਹੱਲ ਤੁਹਾਡੇ ਕੋਲੋਂ ਲੱਭਿਆ ਨਹੀਂ ਜਾ ਰਿਹਾ ਤਾਂ ਤੁਸੀਂ ਕਰਨਾ ਕੀ ਹੈ ਹੁਣ ਤੁਸੀਂ ਕਹੀ ਜਾਂਦੇ ਹੋ ਕਿ ਅਸੀਂ ਦਿੱਲੀ ਤੋਂ ਸਿੱਖ ਕੇ ਆਵਾਂਗੇ ਕਿਉਂ ਪੰਜਾਬ ਦੇ ਕੋਲ ਖੁਦਮੁਖਤਿਆਰੀ ਨਹੀਂ ਹੈ ਪੰਜਾਬ ਆਪਣਾ ਆਪ ਆਪ ਨਹੀਂ ਸੰਭਾਲ ਸਕਦਾ ਅਜਿਹੇ ਤਿੱਖੇ ਸਵਾਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਮਾਨ ਸਰਕਾਰ ਨੂੰ ਪੁੱਛ ਲਏ ਗਏ ਨੇ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਇਹਨਾਂ ਨੇ ਕਿਹਾ ਸੀ ਕਿ 24 ਘੰਟੇ ਬਿਜਲੀ ਦੇਾਂਗੇ ਅਤੇ ਸਾਰੀ ਬਿਜਲੀ ਮੁਫਤ ਦੇਾਂਗੇ ਹੁਣ ਤਾਂ ਆਉਂਦੀ 3-4 ਘੰਟੇ ਹੈ ਫਿਰ ਬਾਕੀ ਬਿਜਲੀ ਤਾਂ ਆਉਂਦੀ ਨਹੀਂ ਉਸ ਬਿਜਲੀ ਦਾ ਹਿਸਾਬ ਕੌਣ ਦੇਵੇਗਾ ਅਤੇ ਮੁਫਤ ਬਿਜਲੀ ਦੇ ਵਿੱਚ ਵੀ ਜਾਤ ਪਾਤ ਦੀਆਂ ਵੰਡੀਆਂ ਪਾਉਣ ਦੀ ਕੋਸ਼ਿਸ਼ ਮਾਨ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਇਹਨਾਂ ਦੇ ਕੋਲ ਕੋਈ ਵੀ ਨੀਤੀ ਨਹੀਂ ਹੈ ਅਤੇ ਇਹਨਾਂ ਦੇ ਵਸ ਦੀ ਗੱਲ ਨਹੀਂ ਹੈ ਸਰਕਾਰ ਨੂੰ ਚਲਾਉਣਾ ਹੁਣ ਇਹ ਸਾਰੇ ਪੰਜਾਬ ਨੂੰ ਸਮਝ ਆ ਗਿਆ ਹੈ ਨਵਜੋਤ ਸਿੰਘ ਸਿੱਧੂ ਨੇ ਇਹ ਤਰਨਾ ਦਿੱਤਾ ਤਾਂ ਜਵਾਬ ਹੁਣ ਪੰਜਾਬ ਦੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਦੇ ਵੱਲੋਂ ਵੀ ਦੇ ਦਿੱਤਾ ਗਿਆ ਹੈ ਹਰਪਜਨ ਸਿੰਘ ਦਾ ਕਹਿਣਾ ਹੈ ਕਿ ਜਿਹੜੀਆਂ ਗੱਲਾਂ ਇਹ ਸਾਨੂੰ ਕਹਿੰਦੇ ਨੇ ਕਿ ਕਰੋ ਲਾਗੂ ਕਰੋ ਜਦੋਂ ਇਹਨਾਂ ਦੀ ਸਰਕਾਰ ਸੀ ਫਿਰ ਕਰ ਲੈਂਦੇ ਉਦੋਂ ਤਾਂ ਇਹਨਾਂ ਨੂੰ ਬਿਜਲੀ ਮੰਤralਾ ਵੀ ਆਫਰ ਹੋਇਆ ਸੀ ਉਦੋਂ ਬਿਜਲੀ ਮੰਤਰੀ ਬਣੇ ਨਾ बन ਜਾਂਦੇ ਕਰ ਲੈਂਦੇ ਜੋ ਵੀ ਕਰਨਾ ਸੀ ਐਵੇਂ ਹੁਣ ਨਵਜੋਤ ਸਿੰਘ ਸਿੱਧੂ ਮੁੱਦਾ ਬਣਾ ਰਹੇ ਨੇ ਪੰਜਾਬ ਦੇ ਵਿੱਚ ਕੋਈ ਵੀ ਬਿਜਲੀ ਸੰਕਟ ਨਹੀਂ ਹੈ ਬਿਜਲੀ ਮੰਤਰੀ ਦਾ ਕਹਿਣਾ ਹੈ ਕਿ ਸਾਰਾ ਕੁਝ ਠੀਕ ਠਾਕ ਹੈ ਨਾ ਤਾਂ ਕੋਈ ਕੋਲਾ ਸੰਕਟ ਹੈ ਨਾ ਹੀ ਕੋਈ ਬਿਜਲੀ ਸੰਕਟ ਹੈ ਪੰਜਾਬ ਦੇ ਵਿੱਚ ਬਿਲਕੁਲ ਬਿਜਲੀ ਪੂਰੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਡਿਮਾਂਡ ਵਧਣੀ ਹੈ ਉਸ ਦੀਆਂ ਤਿਆਰੀਆਂ ਵੀ ਸਾਡੇ ਵੱਲੋਂ ਕਰ ਲਈਆਂ ਗਈਆਂ ਨੇ ਬਿਜਲੀ ਦੇ ਕੱਟ ਨਹੀਂ ਲੱਗਣਗੇ ਬਿਲਕੁਲ ਸਾਰਾ ਕੁਝ ਬਿਜਲੀ ਨੂੰ ਲੈ ਕੇ ਪੰਜਾਬ ਦੇ ਵਿੱਚ ਠੀਕ ਠਾਕ ਹੈ ਇਹ ਦਾਵਾ ਪੰਜਾਬ ਦੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਦੇ ਵੱਲੋਂ ਕਰ ਦਿੱਤਾ ਗਿਆ ਹੈ ਬਿਜਲੀ ਮੰਤਰੀ ਲਗਾਤਾਰ ਦਾਵਾ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਬਿਜਲੀ ਦਾ ਕੋਈ ਕੱਟ ਨਹੀਂ ਲੱਗ ਰਿਹਾ ਕੋਈ ਕੋਲੇ ਦੀ ਘਾਟ ਨਹੀਂ ਹੈ ਕੋਈ ਯੂਨਿਟ ਬੰਦ ਨਹੀਂ ਹੈ ਸਾਰਾ ਕੁਝ ਠੀਕ ਹੈ ਬਿਜਲੀ ਸੰਕਟ ਦਾ ਐਵੇਂ ਹਉਆ ਖੜਾ ਕੀਤਾ ਜਾ ਰਿਹਾ ਹੈ ਸਾਡੇ ਡਿਪਾਰਟਮੈਂਟ ਨੇ ਪੂਰੀਆਂ ਤਿਆਰੀਆਂ ਖਿੱਚੀਆਂ ਹੋਈਆਂ ਨੇ ਝੋਨੇ ਦੇ ਸੀਜ਼ਨ ਦੇ ਵਿੱਚ ਵੀ ਬਿਜਲੀ ਦੇ ਕੱਟ ਨਹੀਂ ਲੱਗਣ ਦੇਾਂਗੇ ਬਿਜਲੀ ਮੰਤਰੀ ਦੇ ਵੱਲੋਂ ਲਗਾਤਾਰ ਇਹ ਵੱਡਾ ਦਾਵਾ ਕੀਤਾ ਜਾ ਰਿਹਾ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਅਗਲੀ ਖਬਰ ਵੀ ਬਿਜਲੀ ਦੇ ਨਾਲ ਹੀ ਜੁੜੀ ਹੋਈ ਹੈ ਆਮ ਆਦਮੀ ਪਾਰਟੀ ਨੇ ਜਦੋਂ ਵਿਰੋਧੀ ਧਿਰ ਦੇ ਵਿੱਚ ਸੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਨੱਕ ਦੇ ਵਿੱਚ ਦਮ ਕਰ ਦਿੱਤਾ ਸੀ ਕਿ ਪਾਵਰ ਪਰਚੇਸ ਐਗਰੀਮੈਂਟ ਬਿਜਲੀ ਖਰੀਦ ਸਮਝੌਤੇ ਪੰਜਾਬ ਨੂੰ ਦਿਨੋਂ ਦਿਨ ਰਾਤੋਂ ਰਾਤ ਖਾ ਰਹੇ ਨੇ ਖਜ਼ਾਨੇ ਨੂੰ ਲੁੱਟ ਰਹੇ ਨੇ ਇਸ ਕਰਕੇ ਇੱਕ ਦਿਨ ਵੀ ਨਹੀਂ ਛੱਡੇ ਜਾਣੇ ਚਾਹੀਦੇ ਹੁਣੇ ਹੀ ਰੱਦ ਕਰਦੇ ਨੇ ਚਾਹੀਦੇ ਨੇ ਪਰ ਨਾ ਤਾਂ ਅਕਾਲੀ ਦਲ ਨੇ ਰੱਦ ਕੀਤੇ ਸਨ ਕਿਉਂਕਿ ਉਹਨਾਂ ਨੇ ਤਾਂ ਇਹ ਬਿਜਲੀ ਖਰੀਦ ਸਮਝੌਤੇ ਕੀਤੇ ਸਨ ਖੁਦ ਕੀਤੇ ਸਨ ਕਾਂਗਰਸ ਪਾਰਟੀ ਨੇ ਵੀ 5 ਸਾਲ ਲੰਘਾ ਦਿੱਤੇ ਪੀਪੀਏ ਰੱਦ ਨਹੀਂ ਕੀਤੇ ਪਰ ਜਦੋਂ ਤੋਂ ਆਮ ਆਦਮੀ ਪਾਰਟੀ ਖੁਦ ਸੱਤਾ ਦੇ ਵਿੱਚ ਆਈ ਹੈ ਪੀਪੀਏ ਦਾ ਨਾਮ ਵੀ ਮਾਨ ਸਰਕਾਰ ਦੇ ਵੱਲੋਂ ਅਜੇ ਤੱਕ ਨਹੀਂ ਲਿਆ ਗਿਆ ਹੈ ਹੁਣ ਅਕਾਲੀ ਦਲ ਚੈਲੰਜ ਕਰਨ ਲੱਗ ਪਿਆ ਹੈ ਕਿ ਸਾਡੇ ਵੱਲੋਂ ਕੀਤੇ ਗਏ ਬਿਜਲੀ ਖਰੀਦ ਸਮਝੌਤੇ ਰੱਦ ਕਰੋ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਖੁੱਲਾ ਚੈਲੰਜ ਕਰ ਦਿੱਤਾ ਹੈ ਕਿ ਸਾਡੇ ਵੱਲੋਂ ਕੀਤੇ ਗਏ ਪੀਪਏ ਸਮਝੌਤੇ ਰੱਦ ਕਰੋ ਨਹੀਂ ਤਾਂ ਪੰਜਾਬ ਦੇ ਲੋਕਾਂ ਦੇ ਕੋਲੋਂ ਮੁਆਫੀ ਮੰਗੋ ਸਿੱਧੇ ਤੌਰ ਤੇ ਇਹ ਚੈਲੰਜ ਵਲਟੋਹਾ ਨੇ ਕੀਤਾ ਹੈ ਕਿ ਦੋਨਾਂ ਦੇ ਵਿੱਚੋਂ ਇੱਕ ਕੰਮ ਤਾਂ ਹੁਣ ਤੁਹਾਨੂੰ ਕਰਨਾ ਹੀ ਪਵੇਗਾ ਕਹਿੰਦੇ ਨੇ ਜਦੋਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਸੀ ਤਾਂ ਬਹੁਤ ਰੋਲਾ ਪਾਉਂਦੇ ਸੀ ਕਿ ਹੁਣੇ ਹੀ ਰੱਦ ਕਰ ਦੇਣੇ ਚਾਹੀਦੇ ਨੇ ਮਹਿੰਗੀ ਬਿਜਲੀ ਹੈ ਬਿਜਲੀ ਵੇਚ ਦਿੱਤੀ ਗਈ ਹੈ ਸਮਝੌਤੇ ਗਲਤ ਨੇ ਤਾਂ ਫਿਰ ਹੁਣ ਕੀ ਪ੍ਰੋਬਲਮ ਹੈ ਹੁਣ ਤੁਹਾਡੀ ਸਰਕਾਰ ਹੈ ਤੁਹਾਡੇ ਹੱਥ ਦੇ ਵਿੱਚ ਸਾਰਾ ਕੁਝ ਹੈ ਬਿਜਲੀ ਖਰੀਦ ਸਮਝੌਤੇ ਰੱਦ ਕਿਉਂ ਨਹੀਂ ਕਰਦੇ ਬਿਜਲੀ ਸਸਤੀ ਕਿਉਂ ਨਹੀਂ ਦਿੰਦੇ ਜਾਂ ਤਾਂ ਬਿਜਲੀ ਖਰੀਦ ਸਮਝੌਤੇ ਰੱਦ ਕਰੋ ਜਾਂ ਫਿਰ ਪੰਜਾਬੀਆਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਨ ਦੀ ਮੁਆਫੀ ਮੰਗੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਇਹ ਖੁੱਲਾ ਚੈਲੰਜ ਇੱਥੇ ਅਕਾਲੀ ਦਲ ਦੇ ਵੱਲੋਂ ਮਾਨ ਸਰਕਾਰ ਨੂੰ ਕਰ ਦਿੱਤਾ ਗਿਆ ਹੈ ਅਗਲੀ ਖਬਰ ਮੌਸਮ ਦੇ ਨਾਲ ਜੁੜੀ ਹੋਈ ਹੈ ਮੌਸਮ ਦਾ ਤਾਪਮਾਨ ਲਗਾਤਾਰ ਗਰਮੀ ਵਧਦੀ ਜਾਂਦੀ ਹੈ ਰੋਜ਼ਾਨਾ ਪੱਧਰ ਤੇ ਤਾਪਮਾਨ ਵੀ ਵਾਧਾ ਦਿਖਾਈ ਦਿੰਦਾ ਹੈ ਤੇ ਹੁਣ ਮੌਸਮ ਵਿਭਾਗ ਦੇ ਵੱਲੋਂ ਆਮ ਲੋਕਾਂ ਨੂੰ ਇੱਕ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਤੇ ਇਹ ਚੇਤਾਵਨੀ ਹੈ ਕਿ ਅਗਲੇ ਦਿਨਾਂ ਦੇ ਵਿੱਚ ਲੂ ਵਗ ਸਕਦੀ ਹੈ ਅਤੇ ਇਸ ਦੋ ਬਚਨ ਦੇ ਲਈ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਦੇ ਵੱਲੋਂ ਇੱਥੇ ਜਾਣਕਾਰੀ ਦਿੱਤੀ ਗਈ ਹੈ ਕਿ ਅਗਲੇ ਦਿਨਾਂ ਦੇ ਵਿੱਚ ਤਾਪਮਾਨ ਹੋਰ ਵੀ ਵਧੇਗਾ ਦੋ ਤਿੰਨ ਦਿਨਾਂ ਦੇ ਵਿੱਚ ਹੌਲੀ-ਹੌਲੀ ਤਾਪਮਾਨ ਹੋਰ ਵੀ ਵੱਧ ਜਾਏਗਾ ਜੋ ਕਿ ਲੂ ਵਗਣ ਦਾ ਕਾਰਨ ਬਣੇਗਾ ਇਸ ਕਰਕੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਕਿ 12 ਤੋਂ 3 ਵਜੇ ਤੱਕ ਦੁਪਹਿਰੇ ਘਰੋਂ ਬਾਹਰ ਨਾ ਹੀ ਨਿਕਲੋ ਚੰਗੀ ਗੱਲ ਹੈ ਜੇਕਰ ਨਿਕਲਣਾ ਵੀ ਪੈਂਦਾ ਹੈ ਕੋਈ ਜ਼ਰੂਰੀ ਕੰਮ ਹੈ ਤਾਂ ਪੂਰੀ ਤਰ੍ਹਾਂ ਆਪਣੇ ਸਰੀਰ ਨੂੰ ਟੱਕ ਕੇ ਨਿਕਲੋ ਸਿਰ ਨੂੰ ਵੀ ਟੱਕ ਕੇ ਬਾਹਰ ਨਿਕਲੋ ਕਿਉਂਕਿ ਇਹ ਲੂ ਜਿਹੜੀ ਵਗਣੀ ਹੈ ਇਹ ਸਰੀਰ ਦੇ ਲਈ ਸਿਹਤ ਦੇ ਲਈ ਚੰਗੀ ਨਹੀਂ ਹੈ ਕਿਸਾਨਾਂ ਨੂੰ ਸਲਾਹ ਇਹ ਦਿੱਤੀ ਗਈ ਹੈ ਕਿ ਨਾੜ ਨੂੰ ਅੱਗ ਨਾ ਲਾਓ ਇਸ ਦੇ ਨਾਲ ਇੱਕ ਤਾਂ ਤਾਪਮਾਨ ਦੇ ਵਿੱਚ ਹੋਰ ਵੀ ਵਾਧਾ ਹੁੰਦਾ ਹੈ ਅਤੇ ਦੂਜਾ ਮਿੱਤਰ ਕੀੜੇ ਵੀ ਮਰ ਜਾਂਦੇ ਨੇ ਅਤੇ ਜਿਹੜਾ ਕਿ ਬਿਲਕੁਲ ਵੀ ਮਿੱਟੀ ਦੇ ਲਈ ਚੰਗਾ ਜ਼ਮੀਨ ਦੇ ਲਈ ਚੰਗਾ ਨਹੀਂ ਹੈ ਲੋਕਾਂ ਨੂੰ ਵੱਦ ਤੋਂ ਵੱਦ ਪਾਣੀ ਪੀਣ ਦੀ ਸਲਾਹ ਵੀ ਇੱਥੇ ਮੌਸਮ ਵਿਭਾਗ ਦੇ ਵੱਲੋਂ ਦੇ ਦਿੱਤੀ ਗਈ ਹੈ ਪੁੱਛਿਆ ਗਿਆ ਕਿ ਮੌਸਮ ਵਿੱਚ ਰਾਹਤ ਕਦੋਂ ਮਿਲੇਗੀ ਗਰਮੀ ਤੋਂ ਰਾਹਤ ਕਦੋਂ ਮਿਲੇਗੀ ਕਹਿੰਦੇ ਨੇ ਅਜੇ ਅਸਾਰ ਨਹੀਂ ਮਈ ਦੇ ਪਹਿਲੇ ਹਫ਼ਤੇ ਕੁਝ ਬਦਲਵਾਈ ਵੇਖਣ ਨੂੰ ਮਿਲ ਸਕਦੀ ਹੈ ਪਰ ਫਿਲਹਾਲ ਤਾਪਮਾਨ ਦੇ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾਏਗਾ ਇਸ ਹਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜਾਂ ਫਿਰ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ ਵੀ رائے ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਫੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਆਦਰੂਵਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ